ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਆਵਰ ਚੈਨਲ ਤੇ ਹੋ ਕਰਦੇ ਜਿੱਥੇ ਜਿੱਥੇ ਤੁਸੀਂ ਹੋਗੇ ਵਧੀਆ ਹੋਗੀ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਅਸੀਂ ਹਾਜ਼ਰ ਹਾਂ ਤੁਹਾਡੇ ਹੀ ਸਾਹਮਣੇ ਤੁਹਾਡੀਆਂ ਹੀ ਰეკਮੈਂਡ ਕੀਤੀਆਂ ਵੀਡੀਓਸ ਦੇ ਨਾਲ ਤੇ ਅੱਜ ਦੀ ਵੀਡੀਓ ਔਰ ਅੱਜ ਦੀ ਜਿਹੜੀ ਵੀਡੀਓ ਆ ਜੀ ਉਹ ਕਾਫੀ ਦੇਰ ਹੋ ਗਿਆ ਕਲਾਮ ਦੇ ਉੱਪਰ ਜਿਹੜੇ ਆ ਰਿਐਕਸ਼ਨ ਨਹੀਂ ਸੀ ਆ ਰਹੇ ਤੇ ਕਾਫੀ ਵੀਰਾਂ ਨੇ ਕਮੈਂਟ ਕੀਤੇ ਸੀਗੇ ਕਿ ਕਲਾਮ ਦੇ ਉੱਪਰ ਜਿਹੜਾ ਆ ਉਹ ਰਿਐਕਸ਼ਨ ਜ਼ਰੂਰ ਲੈ ਕੇ ਆਓ ਤੇ ਸੋ ਵੀਡੀਓ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਇਆ ਜੀ ਕੁਵਾਰੀ ਸੈਯਦ ਸਦਾਕਤ ਅਲੀ ਜੀ ਵੱਲੋਂ ਜਿਹੜਾ ਆ ਇਹ ਪੇਸ਼ ਕੀਤਾ ਗਿਆ ਜੀ ਪੰਜਾਬੀ ਸੂਫੀਆਨਾ ਕਲਾਮ ਮੀਆਂ ਮੁਹੰਮਦ ਬਖਸ਼ ਜੀ ਅਤੇ ਬਾਬਾ ਬੁੱਲੇ ਸ਼ਾਹ ਜੀ ਦੇ ਜਿਹੜੇ ਕਲਾਮ ਆ ਕਰਦੇ ਹਾਂ ਵੀਡੀਓ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਟੂ ਸਬਸਕ੍ਰਾਈਬ ਅਵਰ ਚੈਨਲ ਇਸ ਤੋਂ ਇਲਾਵਾ ਸਾਡਾ ਦੂਸਰਾ ਚੈਨਲ ਦੀਪਜੋਤ ਵਲੌਗਸ ਆ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਸਾਡਾ ਇੰਸਟਾਗ੍ਰਾਮ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਤੁਸੀਂ ਉਹਨੂੰ ਵੀ ਜਾ ਕੇ ਫੋਲੋ ਕਰ ਸਕਦੇ ਹੋ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ ਬਾਹਰ ਢੂੰਡਾਂ ਯਾਰ ਨਾ ਕੀਤਾ
राती जागे ते तू शेख कुमावे राती जागण कुत्ते तै जीते मालिक दा दर मूल न छड़ दे पामे सौ सौ कामण जुते सुख
ਸ਼ਾਹ ਜੀ ਦੇ ਸੀਗੇ ਕਲਾਮ ਤੋਂ ਉਸ ਤੋਂ ਬਾਅਦ ਮੁਹੰਮਦ ਜੀ ਦੇ ਆਏ ਮੁਹੰਮਦ ਬਖਸ਼ੀ ਦੇ ਮੁਹੰਮਦ ਬਖਸ਼ੀ ਦੇ ਆਪਾਂ ਕਲਾਮ ਕਾਫੀ ਸੁਣੇ ਆ ਬੁੱਲੇ ਸ਼ਾਹ ਦੇ ਵੀ ਮਤਲਬ ਆਪਾਂ ਪੜ੍ਹੇ ਹੋਏ ਆ ਬਟ ਪਰ ਵਾਕਿ ਬਹੁਤ ਵਾਹ ਕਮਾਲ ਆ ਮਤਲਬ ਇੱਕ ਜਿਹੜਾ ਆਨੰਦ ਆਉਂਦਾ ਉਹ ਵੱਖਰਾ ਹੈ ਨਾ ਦੂਸਰਾ ਸਮਝ ਲੱਗਦੀ ਆ ਤੀਸਰਾ ਜਦੋਂ ਉਹ ਸਾਡੇ ਅੰਦਰ ਦੀ ਸਾਡੀ ਸਮਝ ਨੂੰ ਜਦੋਂ ਜਾ ਕੇ ਵੱਜਦਾ ਨਾ ਤੇ ਉਹ ਸੱਚਾਈ ਦੇ ਪੱਤਰੇ ਦੇ ਉੱਤੇ ਜਦੋਂ ਆਪਾਂ ਪਰਖਦੇ ਹਾਂ ਤੇ ਉਹ ਫਿਰ ਦੁਬਾਰਾ ਮਤਲਬ ਉਹ ਪਹਿਲੀ ਵਾਰ ਭਾਵੇਂ ਸੁਣੋ ਭਾਵੇਂ ਉਹਨੂੰ 10 ਵਾਰੀ ਸੁਣ ਲਓ ਜਦੋਂ ਉਹ ਸੱਚ ਜਦੋਂ ਆ ਕੇ ਵੱਜਦਾ ਨਾ ਮਨ ਦੇ ਵਿੱਚ ਉਹ ਆਪਣੇ ਆਪ ਹੀ ਬਾਹਰ ਨਿਕਲਦੀ ਆ। ਅੱਛਾ ਤੁਸੀਂ ਆ ਜਿਹੜਾ ਲਾਸਟ ਉਹਨਾਂ ਨੇ ਕਲਾਮ ਪੜਿਆ ਸੀਗਾ ਕਿ ਜਿਹੜੇ ਪੱਕੇ ਹੁੰਦੇ ਬੇਰ ਉਹਨਾਂ ਨੂੰ ਵੱਟ ਉਹਨਾਂ ਨੂੰ ਵੱਜਦੇ ਵੱਟੇ ਇਹਦਾ ਕੀ ਮਤਲਬ ਇਹਦਾ ਮਤਲਬ ਤੁਹਾਡੇ ਹਿਸਾਬ ਨਾਲ ਕੀ ਮਤਲਬ ਹੈ? ਇਹਦਾ ਮਤਲਬ ਇਹੋ ਹੀ ਆ ਕਿ ਜਿਹੜੇ ਇਨਸਾਨ ਜਿਹੜਾ ਬੰਦਾ ਸਮਝਦਾਰ ਆ ਜਾਂ ਅਕਲ ਦੇ ਨਾਲ ਚੱਲਦਾ ਆ ਜਾਂ ਆਪਣੇ ਹੋਮੇ ਨੂੰ ਛੱਡ ਕੇ ਹੈ ਨਾ ਨੀਵਾਂ ਹੋ ਕੇ ਮਤਲਬ ਜੋ ਵੀ ਆਪਾਂ ਚੰਗਿਆਈਆਂ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਚੰਗਾ ਹੈ ਨਾ ਹਮੇਸ਼ਾ ਸੱਟਾਂ ਵੀ ਉਹਨੂੰ ਹੀ ਵੱਜਦੀਆਂ ਆ ਬਦਨਾਮੀ ਵੀ ਉਹਦੀ ਹੁੰਦੀ ਆ ਅਤੇ ਉਹਨੂੰ ਹਰ ਪਾਸੋਂ ਜਿਹੜਾ ਆ ਉਹ ਦਬਾਇਆ ਜਾਂਦਾ ਆ ਜਾਂ ਉਹਨੂੰ ਆਪਾਂ ਜਿੰਨੇ ਵੀ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਜਿੰਨੇ ਵੀ ਵੱਡੇ ਵੱਡੇ ਚੰਗੇ ਲੋਕ ਹੋਏ ਆ ਹੈ ਨਾ ਉਹਨਾਂ ਦੇ ਨਾਲ ਕਿੰਨਾ ਮਾੜਾ ਜਿਹੜਾ ਆ ਉਹ ਕੀਤਾ ਗਿਆ ਭਾਵੇਂ ਸਮੇਂ ਦੀਆਂ ਸਰਕਾਰਾਂ ਭਾਵੇਂ ਸਮਾਜ ਆ ਉਹਦੇ ਵੱਲੋਂ ਅਤੇ ਜਿਹੜਾ ਆ ਜਿਹੜੇ ਕੱਚੇ ਹੁੰਦੇ ਆ ਉਹਨਾਂ ਨੂੰ ਤਾਂ ਕੋਈ ਪੁੱਛ ਕੇ ਰਾਜੀ ਨਹੀਂ ਕੱਚੇ ਅਤੇ ਆਏ ਗਏ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਪਰ ਜਿਹੜੇ ਪੱਕੇ ਬੇਰ ਆ ਵੱਟੇ ਉਹਨਾਂ ਨੂੰ ਵੱਜਦੇ ਆ ਲੋਕ ਪੈਂਦੇ ਮੁੱਲ ਵੀ ਉਹਨਾਂ ਦਾ ਪੈਂਦਾ ਆ ਮੁੱਲ ਵੀ ਉਹਨਾਂ ਦਾ ਪੈਂਦਾ ਪਰ ਵੱਟੇ ਵੀ ਉਹਨਾਂ ਨੂੰ ਵੱਜਦੇ ਆ। ਠੀਕ ਹੈ ਮੈਂ ਇਹ ਦੇਖਣਾ ਸੀ ਕਿ ਮੈਂ ਕੁਛ ਗਲਤ ਤੇ ਸਮਝ ਰਹੀ ਠੀਕ ਹੈ। ਸੋ ਇਹ ਸੀਗੀ ਅੱਜ ਦੀ ਵੀਡੀਓ। ਅਗਰ ਤੁਹਾਨੂੰ ਵੀਡੀਓ ਇੱਕ ਕਲਾਮ ਅੱਛੇ ਲੱਗੇ ਆ ਤਾਂ ਇਹ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ। ਅਗਰ ਤੁਸੀਂ ਸਾਡੇ ਚੈਨਲ 'ਤੇ ਨਹੀਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ।